ਉਸੇ ਵਕਤ ਹੀ ਬੰਦਾ ਡਰਦਾ ਹੀ, ਰਾਤ ਨੂੰ ਨੀਂਦ ਨਹੀਂ ਆਉਂਦੀ ਵੀ ਕਿਤੇ ਪਾਣੀ ਨਾ ਪਾ ਦੇ ਜੇ, ਸੁੱਤਾ ਹੀ ਰਹਿ ਗਿਆ ਕਿਤੇ। ਇਸ ਤਰ੍ਹਾਂ ਹੀ ਟ੍ਰੇਨਡ ਕਰਦੇ ਨੇ ਫਿਰ, ਨਹੀਂ ਤਾਂ ਫਿਰ ਬੰਦਾ ਉੱਠਣਾ ਹੀ ਨਾ ਲੱਗੇ। ਮਹਾਰਾਜ ਕਹਿੰਦੇ ਭਾਈ ਇਸੇ ਪ੍ਰਕਾਰ ਸਾਧ ਸੰਗਤ, ਮਹਾਤਮਾ ਦੀ ਸੰਗਤ, ਗੁਰੂ ਦੀ ਸੰਗਤ ਜਿਹੜੀ ਹੈ ਨਾ, ਤਾਂਹੀਓ ਤਾਂ ਸੰਗਤ ਦੀ ਲੋੜ ਹੈ ਆਪਾਂ ਨੂੰ। ਸੰਗਤ ਹੀ ਬੰਦੇ ਨੂੰ ਸੋਨੇ ਵਰਗਾ ਸ਼ੁੱਧ ਬਣਾ ਦਿੰਦੀ ਹੈ। ਸਾਧ ਕੈ ਸੰਗ ਨਾਹੀ ਹਾਂ ਤਾਪ, ਤਾਪ ਚੜ੍ਹ ਗਿਆ ਦੁਨੀਆਂ ਨੂੰ, ਬੁਖਾਰ ਹੋਇਆ ਪਿਆ, ਥਰਮਾਮੀਟਰ ਲਾ ਕੇ ਦੇਖੋ ਤਾਂ ਇੱਥੇ ਤਾਂ ਠੀਕ ਹੀ ਹੈ ਜੀ, ਪਰ ਮਹਾਰਾਜ ਕਹਿੰਦੇ ਦੇਖੋ ਤਾਂ ਸਹੀ, ਇਹ ਤਾਂ ਹੋਂ ਦਾ ਤਾਪ ਹੋ ਗਿਆ। ਹਰੇਕ ਬੰਦਾ ਮੈਂ ਦੇ ਬੁਖਾਰ ਵਿੱਚ ਫਸਿਆ, ਮੈਂ, ਪਰ ਮਹਾਤਮਾ ਦੇ ਅੰਦਰ ਹੋਂ ਦਾ ਤਾਪ ਨਹੀਂ, ਤੇ ਉਹਨਾਂ ਦੇ ਨਾਲ ਮਿਲ ਕੇ ਬੰਦੇ ਦੀ ਹੋਂ ਵੀ ਉੱਤਰ ਜਾਂਦੀ ਹੈ। ਮਹਾਤਮਾ ਦੇ ਸਰੀਰ ਆਮ ਵਿਅਕਤੀ ਨਾਲੋਂ ਬਹੁਤ ਠੰਡੇ ਹੁੰਦੇ ਨੇ। ਇਸ ਵਕਤ ਆਪਾਂ ਆਪਣੇ ਸਰੀਰ ਨੂੰ ਹੱਥ ਲਾ ਕੇ ਦੇਖੋ ਤਾਂ, ਜਾਂ ਦੂਜੇ ਦੇ ਹੱਥ ਲਾ ਕੇ ਦੇਖੋ, ਗਰਮ ਨੇ ਸਰੀਰ ਆਪਣੇ, ਅੱਗ ਨਿਕਲਦੀ ਹੁੰਦੀ ਸਰੀਰਾਂ ਚੋਂ। ਮਹਾਤਮਾ ਦੇ ਸਰੀਰ ਜਿਹੜੇ ਹੁੰਦੇ ਨੇ, ਜੇ ਉਹਨਾਂ ਨੂੰ 106-107 ਤੱਕ ਵੀ ਬੁਖਾਰ ਹੋ ਜਾਵੇ ਨਾ, ਤਾਂ ਕਿਤੇ ਜਾ ਕੇ ਆਪਣੇ ਨੋਰਮਲ ਸਰੀਰ ਜਿੰਨਾ ਗਰਮ ਹੁੰਦਾ ਉਹਨਾਂ ਦਾ ਸਰੀਰ। ਨਾਮ ਜਪਣ ਵਾਲਿਆਂ ਦੇ ਅੰਦਰ ਇੰਨੀ ਠੰਡ ਹੋ ਜਾਂਦੀ ਕਿ ਉਹਨਾਂ ਦੇ ਬੁਖਾਰ ਦਾ ਗਿਆਨ ਵੀ ਸਧਾਰਨ ਵਿਅਕਤੀ ਨਹੀਂ ਹੁੰਦਾ, ਜੇ ਹੋ ਜਾਵੇ ਤਾਂ। ਇੰਨੀ ਸ਼ਾਂਤੀ ਦੇ ਮਾਲਕ ਹੁੰਦੇ ਨੇ। ਫਿਰ ਉੱਥੇ ਦੂਜੇ ਬੁਖਾਰ ਨੇ ਤਾਂ ਰਹਿਣਾ ਹੀ ਕੀ ਹੈ। ਹੰਗਤਾ ਮਮਤਾ ਦਾ ਬੁਖਾਰ ਨਹੀਂ ਹੁੰਦਾ ਉਹਨਾਂ ਦੇ ਅੰਦਰ, ਅਤੇ ਜਿਹੜਾ ਉਹਨਾਂ ਦੇ ਨੇੜੇ ਜਾਂਦਾ ਪਹਿਲਾਂ ਉਹਦੀ ਹੰਗਤਾ ਦਾ ਬੁਖਾਰ ਹੀ ਲਾਉਂਦੇ ਨੇ। ਉਹਨਾਂ ਦੇ ਕੁਝ ਤਰੀਕੇ ਹੁੰਦੇ ਨੇ ਬੁਖਾਰ ਲਾਉਣ ਦੇ। ਜਿਹੜਾ ਬੰਦਾ ਪਹਿਲਾਂ ਤੋਂ ਨਾਲ ਰਿਹਾ ਹੋਵੇ ਉਹਨੂੰ ਪਤਾ ਹੁੰਦਾ ਕਿ ਇਹ ਕੀ ਤਰੀਕਾ। ਆਮ ਸਧਾਰਨ ਵਿਅਕਤੀ ਨੂੰ ਪਤਾ ਲੱਗਦਾ ਮੇਰੇ ਨਾਲ ਹੋ ਕੀ ਰਿਹਾ। ਬੁਖਾਰ ਲਾਉਣ ਦਾ ਤਰੀਕਾ ਹੈ ਉਹਨਾਂ ਦਾ ਵੀ ਹੋਂ ਦਾ ਤਾਪ ਉਤਾਰਨਾ। ਇਹਦਾ ਜਾਣ ਕੇ ਐਵੇਂ ਚੰਗੇ ਸੋਹਣੇ ਕੱਪੜੇ ਪਾ ਕੇ ਚਲੇ ਗਏ ਅਸੀਂ ਮਹਾਤਮਾ ਦੇ ਪਿੱਛੇ ਪਿੱਛੇ, ਜੋ ਪਹਿਲੀ ਵਾਰ ਕਿਸੇ ਨੂੰ ਮਿਲੀ ਤਾਂ ਪਰਖ ਤਾਂ ਲੈਂਦਾ ਹੀ ਅਗਲਾ। ਜਾਣ ਕੇ ਜਾ ਕੇ ਖੇਤਾਂ 'ਚ ਮਿੱਟੀ ਦੇ ਉੱਤੇ ਬੈਠ ਗਏ ਵੀ ਦੇਖਦੇ ਆ ਨਾਲ ਬਹਿੰਦੇ ਕਿ ਨਹੀਂ, ਕਿ ਚਿੱਟੇ ਕੱਪੜਿਆਂ ਦਾ ਮਾਣ ਹੀ ਕਰੀ ਫਿਰਦੇ ਨੇ। ਮੈਂ ਨਾਲ ਜਿਹੜਾ ਬੰਦਾ ਗਿਆ ਸੀ, ਮੈਂ ਕਿਹਾ ਬਹਿ ਜਾ ਫਟਾਫਟ, ਹੁਣ ਆਪਣੀ ਪਰਖ ਹੋਣ ਲੱਗੀ ਆ, ਬਸ ਚੁੱਪ ਕਰ ਜਾ ਹੁਣ। ਅਸੀਂ ਵੀ ਉਸੇ ਤਰ੍ਹਾਂ ਹੀ ਉੱਥੇ ਮਿੱਟੀ ਦੇ ਉੱਤੇ ਬੈਠ ਗਏ। ਕਿੰਨੀ ਦੇਰ ਮਿੱਟੀ 'ਤੇ ਹੀ ਬਿਠਾਈ ਰੱਖਿਆ ਸਾਨੂੰ ਵੀ ਦੇਖੀਏ ਕਿੰਨੀ ਕੁ ਹੋਂ ਹੈ ਇਸ ਬੰਦੇ 'ਚ। ਕਈ ਵਾਰੀ ਪਰਖਾਂ ਲੈਂਦੇ ਨੇ ਕਿੰਨੀ ਕੁ ਹੋਂ ਨਿਕਲੀ ਕਿ ਨਹੀਂ ਤੇਰੀ ਵਿੱਚੋਂ। ਜਦੋਂ ਹੋਂ ਦਾ ਬੁਖਾਰ ਬਿਲਕੁਲ ਖਤਮ ਹੋ ਗਿਆ ਤਾਂ ਕਿਰਪਾ ਕਰਦੇ ਨੇ, ਹੋਂ ਚੰਗੀ ਤਰ੍ਹਾਂ ਰਗੜ ਰਗੜ ਕੇ ਬੰਦੇ ਦੇ ਵਿੱਚੋਂ ਕੱਢ ਦਿੰਦੇ ਨੇ। ਸਾਧ ਕੈ ਸੰਗ ਤਜੈ ਸਭ ਆਪ, ਸਾਧੂ ਦੇ ਨਾਲ ਮਿਲ ਕੇ ਬੰਦਾ ਆਪਾ ਭਾਵ ਤਿਆਗ ਦਿੰਦਾ, ਕਿਉਂਕਿ ਸਾਧੂ ਨੇ ਤਾਂ ਆਪਾ ਭਾਵ ਤਿਆਗਿਆ ਹੀ ਹੋਇਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਨਾ, ਸਤਿਗੁਰੂ ਮਹਾਰਾਜ ਨੇ ਇਹੀ ਚੀਜ਼ ਪਰਖੀ ਸੀ। ਬੜੀਆਂ ਪਰਖਾਂ ਲਈਆਂ ਸੱਚੇ ਪਾਤਸ਼ਾਹ ਦੀਆਂ। ਪਰਖਾਂ ਦੇ ਵਿੱਚ ਕੋਈ ਵੀ ਨਹੀਂ ਪੂਰਾ ਉਤਰ ਸਕਦਾ, ਜੇ ਆਪ ਹੀ ਪਰਖ ਲੈਣ ਵਾਲੇ ਨੇ, ਆਪ ਹੀ ਪਾਸ ਕਰਨ ਵਾਲੇ ਨੇ। ਆਪ ਜੀ ਪੋਹ ਮਾਘ ਦੇ ਦਿਨਾਂ ਦੇ ਵਿੱਚ ਇੰਨੀ ਬਰਸਾਤ 'ਤੇ ਆਪ ਇਸ਼ਨਾਨ ਕਰਨ ਚਲੇ ਗਏ ਬੇਈ ਨਦੀ ਦੇ ਵਿੱਚ, ਗਲ ਗਲ ਪਾਣੀ ਵਿੱਚ ਖੜ੍ਹੇ ਗੁਰੂ ਨਾਨਕ ਦੇਵ ਜੀ ਪਰੇ ਨੂੰ ਮੁੱਖ ਕਰਕੇ। ਭਾਈ ਮਰਦਾਨਾ, ਬਾਬਾ ਬੁੱਢਾ ਜੀ, ਬਾਬਾ ਲਹਿਣਾ ਜੀ, ਤਿੰਨੇ ਨੇ ਇੰਨੀ ਠੰਡ ਪਾ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਬਰਫ਼ ਪੈਂਦੀ ਹੁੰਦੀ। ਸੁੰਨ ਹੋ ਗਏ ਸਰੀਰ ਬਾਬਾ ਬੁੱਢਾ ਜੀ ਅਤੇ ਭਾਈ ਮਰਦਾਨਾ ਜੀ ਦੇ, ਅਤੇ ਉਹ ਤਾਂ ਉੱਥੋਂ ਕਹਿੰਦੇ ਛੱਲੀਏ ਮਹਾਰਾਜ ਨਿਕਲੇ ਹੀ ਨਹੀਂ।
ਜਿਉਂ ਜਲ ਦੇ ਵਿੱਚ ਪ੍ਰਵੇਸ਼ ਕੀਤਾ ਮਹਾਰਾਜ ਚਾਰ ਪੰਜ ਘੰਟੇ ਬਾਹਰ ਹੀ ਨਹੀਂ ਆਏ, ਅੰਦਰ ਹੀ ਪਾਠ ਕਰੀ ਨੇ। ਕਿਆ ਕਰਦੇ? ਨੇਤਰ ਬੰਦ ਕਰਕੇ ਕੀਤਾ ਕੀ ਕਰਦੇ? ਉਹ ਤਾਂ ਆਪਣੀ ਆਪ ਜਾਣਦੇ ਨੇ, ਪਰ ਬਾਬਾ ਲਹਿਣਾ ਜੀ ਬੜੇ ਤਕੜੇ ਸ਼ਿਰੜੀ ਨੇ, ਕਹਿੰਦੇ ਮੈਂ ਮਰ ਜਾਵਾਂਗਾ ਪਰ ਛੱਡ ਕੇ ਨਹੀਂ ਜਾਵਾਂਗਾ। ਉਹੀ ਗੱਲ ਹੋਈ, ਸਰੀਰ ਇੰਨਾ ਸੁੰਨ ਹੋ ਗਿਆ, ਬਾਬਾ ਜੀ ਉੱਥੇ ਡਿੱਗ ਪਏ, ਬੇਸੁੱਧ ਹੋ ਗਏ। ਉਦੋਂ ਹੀ ਗੁਰੂ ਨਾਨਕ ਦੇਵ ਜੀ ਬਾਹਰ ਨਿਕਲੇ ਆਏ, ਆ ਕੇ ਹੱਸਣ ਲੱਗ ਪਏ, ਕਹਿੰਦੇ ਇਹ ਨੇ ਜਿਨ੍ਹਾਂ ਨੇ ਸਾਤੋਂ ਕੁਝ ਲੈਣਾ ਹੈ, ਉਹ ਜਿਨ੍ਹਾਂ ਨੇ ਲੈਣਾ ਨਹੀਂ ਉਹ ਦੋਨੋਂ ਚਲੇ ਗਏ। ਮਹਾਰਾਜ ਨੇ ਆਪਣੇ ਸੱਜੇ ਚਰਨ ਦਾ ਅੰਗੂਠਾ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਨਾਲ ਛੁਹਾ ਦਿੱਤਾ, ਇੱਕਦਮ ਜਿਵੇਂ ਕਰੰਟ ਲੱਗਦਾ, ਸਰੀਰ ਗਰਮ ਹੋ ਗਿਆ, ਉੱਠ ਕੇ ਬੈਠੇ ਹੋ ਗਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਪਰਖਾਂ ਲੈਂਦੇ ਨੇ, ਸ਼੍ਰੀ ਚੰਦ ਜੀ ਦੀ ਪਰਖ ਲਈ, ਲਕਸ਼ਮੀ ਦਾਸ ਦੀ ਲਈ, ਨਹੀਂ ਗੱਲ ਬਣੀ ਨਹੀਂ, ਕਿਉਂਕਿ ਜਿਹੜਾ ਹਉਂ ਦਾ ਤਾਪ ਸੀ ਆਪਾ ਭਾਵ ਸੀ ਗਵਾਇਆ ਨਹੀਂ ਉਹਨਾਂ ਨੇ। ਆਪੇ ਜਾਣੈ ਸਾਧ ਵਡਾਈ, ਸਤਿਗੁਰੂ ਮਹਾਰਾਜ ਸਾਧੂ ਮਹਾਤਮਾ ਆਪਣੀ ਵਡਿਆਈ ਨੂੰ ਆਪ ਹੀ ਜਾਣਦੇ ਨੇ, ਕਿਉਂ ਇਹਨਾਂ ਦੀਆਂ ਵਡਿਆਈਆਂ ਤਾਂ ਇਹੀ ਜਾਣਦੇ ਨੇ। ਸਤਿਗੁਰੂ ਮਹਾਰਾਜ ਅਕਾਲ ਪੁਰਖ ਅਤੇ ਬ੍ਰਹਮ ਗਿਆਨ ਵਾਲੇ, ਇਹ ਤਿੰਨਾਂ ਦੀ ਇੱਕੋ ਹੀ ਅਵਸਥਾ ਹੁੰਦੀ, ਇਹ ਆਪਣੀ ਅਵਸਥਾ ਨੂੰ ਖੁਦ ਹੀ ਜਾਣਦੇ ਹੁੰਦੇ ਨੇ। ਇਹਨਾਂ ਬਾਰੇ ਤੀਸਰਾ ਬੰਦਾ ਨਹੀਂ ਜਾਣ ਸਕਦਾ ਕਿ ਕਿੰਨੀ ਕੁ ਵੱਡੀ ਅਵਸਥਾ ਹੈ ਇਹਨਾਂ ਦੀ। ਨਾਨਕ ਸਾਧ ਪ੍ਰਭੂ ਬਣ ਆਈ, ਕਿਉਂਕਿ ਸਾਧੂ ਦੀ ਪ੍ਰੀਤੀ ਪ੍ਰਭੂ ਦੇ ਨਾਲ ਬਣ ਆਈ ਹੈ, ਇਸ ਕਰਕੇ ਪ੍ਰਭੂ ਵਿੱਚ ਅਤੇ ਸਾਧੂ ਵਿੱਚ ਕੋਈ ਫਰਕ ਨਹੀਂ ਰਹਿੰਦਾ, ਫਿਰ ਇੱਕੋ ਹੀ ਰੂਪ ਹੋ ਜਾਂਦੇ ਨੇ। ਇਹ ਬਹੁਤ ਉੱਚੀ ਅਵਸਥਾ ਦਾ ਵਚਨ ਚੱਲ ਰਿਹਾ ਮਹਾਰਾਜ ਦਾ। ਵੈਸੇ ਤਾਂ ਸਾਧੂ ਮਹਾਤਮਾ ਸਾਰੇ ਸੰਪੂਰਨ ਗਿਣੇ ਜਾਂਦੇ ਨੇ, ਸ਼ੰਕਾ ਵਾਲੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਸਾਧੂ ਹਮੇਸ਼ਾ ਪੂਰਾ ਹੀ ਹੁੰਦਾ ਹੈ, ਪਰ ਫਿਰ ਵੀ ਅਵਸਥਾ ਦਾ ਫਰਕ ਤਾਂ ਹੁੰਦਾ ਹੀ ਹੈ। ਪਰ ਜਿਹੜੀ ਅਵਸਥਾ ਇੱਥੇ ਕਥਨ ਕਰ ਰਹੇ ਨੇ ਹੁਣ ਮਹਾਰਾਜ, ਇਹ ਅਵਸਥਾ ਦਾ ਬਹੁਤ ਉੱਚੀ ਅਵਸਥਾ ਦਾ ਜ਼ਿਕਰ ਕਰਦੇ ਨੇ। ਕਿਸੇ ਕਿਸੇ ਬੀਤ ਰਾਗ ਬ੍ਰਹਮ ਗਿਆਨੀ ਦੀ ਵੈਸੀ ਅਵਸਥਾ, ਸਾਧ ਕਹਿ ਸੰਗ ਨਾ ਕਬਹੂ ਧਾਵੈ, ਸਾਧੂ ਦੀ ਸੰਗਤ ਕੀਤਿਆਂ ਮਨ ਕਦੇ ਦੌੜਦਾ ਨਹੀਂ, ਬੰਦਾ ਭੱਜਦਾ ਨਹੀਂ, ਇੱਧਰ ਉੱਧਰ ਨਹੀਂ ਭੱਜਦਾ, ਲੋੜ ਨਹੀਂ ਦੌੜਨ ਦੀ, ਆਪਣੇ ਆਪ ਹੀ ਕਿਰਪਾ ਕਰ ਦਿੰਦੇ ਨੇ, ਭੱਜ ਦੌੜ ਮੁਕਾ ਦਿੰਦੇ ਨੇ ਇਨਸਾਨ ਦੀ। ਆਮ ਬੰਦਾ ਭੱਜਿਆ ਫਿਰਦਾ ਹੈ, ਉੱਥੇ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਚਾਰ ਪਦਾਰਥ ਜੇ ਕੋ ਮੰਗ, ਸਾਧ ਜਨਾ ਕੀ ਸੇਵਾ ਲਾਗ। ਇਹ ਤਾਂ ਉਹਨਾਂ ਦੀ ਪ੍ਰਸੰਨਤਾ ਹੈ ਜੇ ਹੋ ਜਾਏ, ਕੋਈ ਬੰਦਾ ਬਹੁਤਾ ਹੀ ਦੌੜਦਾ ਫਾਇਦਾ। ਕਹਿੰਦੇ ਤੈਨੂੰ ਕੀ ਚਾਹੀਦਾ ਬਈ, ਤੂੰ ਰਾਤ ਕਦੇ ਇੱਥੇ ਆ ਜਾਂਦਾ ਫਿਰ ਚਲੇ ਜਾਂਦਾ, ਕਦੇ ਟੇਕ ਕੇ ਬੈਠਿਆ ਕਰ। ਕਹਿੰਦਾ ਮਹਾਰਾਜ ਮਾਇਆ ਦੀ ਲੋੜ ਹੈ, ਕੀ ਕਰੀਏ ਗ੍ਰਿਸਤੀ ਬੰਨੇ। ਕਹਿੰਦੇ ਕਿੰਨੇ ਕੁ ਨਾਲ ਸਰ ਜੂਗਾ? ਕਹਿੰਦੇ ਮਹਾਰਾਜ 20-50 ਲੱਖ ਤਾਂ ਹੋਵੇ ਬੰਦੇ ਕੋਲੇ। ਕਹਿੰਦੇ ਚੰਗਾ, 50 ਕੁ ਲੱਖ ਦਾ ਕਾਰੋਬਾਰ ਠੀਕ ਹੋ ਜੂਗਾ ਤੇਰਾ, ਫਿਰ ਤਾਂ ਨਹੀਂ ਭੱਜੇਗਾ। ਕਹਿੰਦੇ ਨਹੀਂ, ਫਿਰ 50 ਲੱਖ 'ਤੇ ਕਾਰੋਬਾਰ ਸੈੱਟ ਕਰ ਦਿੱਤਾ। ਕਹਿੰਦੇ ਜਾ, ਪਰ ਇੱਥੋਂ ਨਹੀਂ ਦੌੜਨਾ। ਸੋ ਇਸ ਪ੍ਰਕਾਰ ਹੈ ਕਿ ਕੰਮ ਉਹਦਾ ਟਿਕਾ ਵੀ ਦਿੰਦੇ ਨੇ ਜੇ ਚਾਹੁਣ ਤਾਂ ਸਤਿਗੁਰੂ ਮਹਾਰਾਜ ਦੇ ਕੋਲ। ਇੱਕੋ ਹੀ ਗੱਲ ਹੈ, ਵਿਸ਼ਵਾਸ ਕਰਕੇ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਜਾਓ। ਮਹਾਰਾਜ ਕਹਿੰਦੇ ਭੱਜਿਆ ਫਿਰਦਾ ਕੀ ਗੱਲ, ਦੌੜਿਆ ਫਿਰਦਾ, ਪਰ ਰੱਬ 'ਤੇ ਯਕੀਨ ਨਹੀਂ ਕਰਦਾ ਆਪਣੀ 'ਤੇ, ਟਿਕਾਉਣ ਦੀ ਗੱਲ ਹੈ ਮਨ ਨੂੰ। ਸਾਧ ਕੈ ਸੰਗ ਸਦਾ ਸੁਖ ਪਾਵੈ, ਸਤਿਗੁਰੂ ਮਹਾਰਾਜ ਨਾਲ ਮਿਲ ਕੇ, ਸੰਗਤ ਵਿੱਚ ਮਿਲ ਕੇ, ਪੁੱਗੀਆਂ ਹੋਈਆਂ ਹਸਤੀਆਂ ਨਾਲ ਮਿਲ ਕੇ ਆਤਮਕ ਆਨੰਦ ਪ੍ਰਾਪਤ ਕਰੀਦਾ ਹੈ। ਆਤਮਕ ਆਨੰਦ ਮਹਾਤਮਾ ਦੇ ਨਾਲ ਮਿਲਦਾ ਹੈ। ਆਮ ਵਿਅਕਤੀ ਕੋਲ ਆਪਾਂ ਬੈਠ ਜਾਈਏ ਸਿਮਰਨ ਕਰਨ, ਉਹਦੇ ਕੋਲ ਇੰਨਾ ਆਨੰਦ ਨਹੀਂ ਆਉਂਦਾ,
ਦੇ ਆਪਾਂ ਇੱਕ ਦੋ ਬੰਦਿਆਂ ਕੋਲ ਬੈਠ ਵੀ ਜਾਈਏ, ਪਰ ਕਿਸੇ ਪੂਰਨ ਪੁਰਸ਼ ਕੋਲ ਬੈਠ ਕੇ ਸਿਮਰਨ ਕਰ ਲਈਏ, 5 ਮਿੰਟ ਹੀ ਬਹੁਤ ਨੇ ਬਸ, 5 ਮਿੰਟਾਂ 'ਚ ਹੀ ਉਹ ਬੜਾ ਕੁਛ ਕਰ ਦਿੰਦਾ ਬੈਠਾ ਬਿਠਾਇਆ ਹੀ। ਜਾਂ ਫਿਰ ਸਾਧ ਸੰਗਤ ਵਿੱਚ ਬਹਿ ਕੇ ਜਿਹੜਾ ਸਿਮਰਨ ਕਰਦੇ ਹਾਂ, ਇਹ 5 ਮਿੰਟ ਬਹੁਤ ਵੱਡੇ ਨੇ, ਇਹ 5 ਮਿੰਟ ਬਹੁਤ ਵੱਡੇ ਨੇ। ਆਪਣੇ ਜਿਹੜੇ ਘਰ ਦੇ 5 ਮਿੰਟ ਨੇ ਉਹ ਬਹੁਤ ਛੋਟੇ ਨੇ, ਇੱਥੇ ਤਾਂ 5 ਮਿੰਟ ਹੀ ਬਹੁਤ ਜ਼ਿਆਦਾ ਨੇ, ਕਿਉਂਕਿ ਇਹ ਵਿਆਖਿਆ ਕਰਨੀ ਬੜੀ ਔਖੀ 5 ਮਿੰਟ। ਪਰ ਮਾੜੇ ਜਿਹੇ ਇਸ਼ਾਰੇ ਵਿੱਚ ਮੈਂ ਕਰ ਦਿੰਦਾ ਇਹਦੀ ਵਿਆਖਿਆ, ਥੋੜ੍ਹਾ ਜਿਹੀ ਚੱਲਦੀ ਜੀ ਗੱਲ, ਵੀ ਜਿਵੇਂ ਆਪਣਾ 100 ਸਾਲ ਲੰਘਦਾ ਤਾਂ ਇੰਦਰ ਦਾ ਸਿਰਫ ਇੱਕ ਦਿਨ ਹੀ ਬਤੀਤ ਹੁੰਦਾ, ਫਿਰ ਆਪਣਾ 100 ਸਾਲ ਲੰਘਣਾ ਤਾਂ ਇੰਦਰ ਦੀ ਇੱਕ ਰਾਤ ਬਤੀਤ ਹੋਣੀ ਹੈ। ਇੰਦਰ ਦੀ ਉਮਰ ਇਸੇ ਪ੍ਰਕਾਰ 100 ਸਾਲ ਦੀ, ਜਦੋਂ ਇੱਕ ਇੰਦਰ ਹੋ ਕੇ ਮਰ ਜਾਂਦਾ ਹੈ, ਹੁਣ ਉੱਤਰੀ ਦੀ ਗਿਣਤੀ ਕਰੀ ਜਾਣੀ ਆਪਣੇ ਆਪ ਹੀ, ਤਾਂ ਇੱਕ ਬ੍ਰਹਮਾ ਦਾ ਇੱਕੋ ਹੀ ਦਿਨ ਲੰਘਦਾ ਹੈ। ਜਦੋਂ ਇੱਕ ਇੰਦਰ ਹੋਰ ਮਰ ਗਿਆ ਤਾਂ ਬ੍ਰਹਮਾ ਦੀ ਇੱਕ ਰਾਤ ਲੰਘੀ, ਉਹ ਉੱਪਰ ਉੱਪਰ ਜਾ ਕੇ ਨਾ ਸਾਰਾ ਕੁਛ ਇਹ। ਸੋ ਜਿਵੇਂ ਇੱਥੇ ਛਾਂ ਹੈ ਪਰ ਛੱਤ ਦੇ ਉੱਤੇ ਤਾਂ ਧੁੱਪ ਹੀ ਰਹਿੰਦੀ ਸਦਾ, ਇਸੇ ਪ੍ਰਕਾਰ ਉੱਥੇ ਦੇਹ ਇੱਥੇ ਸਭ ਰਾਤ। ਇੱਕ ਬ੍ਰਹਮਾ ਹੋ ਕੇ ਚਲਿਆ ਗਿਆ ਤਾਂ ਇੱਕ ਵਿਸ਼ਨੂੰ ਦਾ ਇੱਕੋ ਹੀ ਦਿਨ ਗੁਜ਼ਰਦਾ ਹੈ। ਇਹਨਾਂ ਦੀ ਕੈਲਕੂਲੇਸ਼ਨ ਚੱਲਦੀ, ਜਦੋਂ ਵਿਸ਼ਨੂੰ ਦਾ ਇੱਕ ਦਿਨ ਗੁਜ਼ਰਦਾ ਸਾਰੀ ਜ਼ਿੰਦਗੀ ਵਿਸ਼ਨੂੰ ਲੰਘ ਜਾਂਦੀ, 1000 ਸਾਲ ਬਹੁਤ ਵੱਡਾ ਹੁੰਦਾ ਉਹਦਾ, ਤਾਂ ਸ਼ਿਵਜੀ ਦਾ ਸਿਰਫ ਇੱਕ ਦਿਨ ਹੀ ਗੁਜ਼ਰਦਾ। ਜਦੋਂ ਸ਼ਿਵਜੀ ਦੀ 1000 ਸਾਲ ਉਮਰ ਪੂਰੀ ਹੁੰਦੀ ਹੈ ਤਾਂ ਮਾਇਆ ਦਾ ਕਿੰਨਾ ਸਮਾਂ ਗੁਜ਼ਰਦਾ? ਸਿਰਫ ਇੱਕ ਛਿਨ, ਅੱਖ ਝਮਕਣ ਜਿੰਨਾ ਸਮਾਂ। ਪਰਮੇਸ਼ਰ ਦਾ ਕੀ ਗੁਜ਼ਰਦਾ? ਕੁਛ ਵੀ ਨਹੀਂ ਗੁਜ਼ਰਿਆ ਹੈ, ਕਿਉਂਕਿ ਪਰਮੇਸ਼ਰ ਦੇ ਵਿੱਚ ਸਮਾਂ ਹੈ ਹੀ ਨਹੀਂ, ਉਹ ਸਮੇਂ ਤੋਂ ਬਾਹਰ ਹੈ। ਹੁਣ ਜਦੋਂ ਆਪਾਂ ਪਰਮੇਸ਼ਰ ਦੀ ਸੰਗਤ ਵਿੱਚ ਬੈਠ ਕੇ 5 ਮਿੰਟ ਵੀ ਸਿਮਰਨ ਕਰਦੇ ਹਾਂ ਤਾਂ ਇਹ 5 ਮਿੰਟ ਅਤੇ ਦੁਨਿਆਵੀ 5 ਮਿੰਟਾਂ ਦਾ ਬਹੁਤ ਫਰਕ ਹੈ। ਇਹ 5 ਮਿੰਟ ਆਪਾਂ ਨੂੰ ਕਿਤੇ ਦੀ ਕਿਤੇ ਲੈ ਜਾਂਦੇ ਨੇ। ਸੰਗਤ ਵਿੱਚ ਬਹਿਣ ਦਾ ਮਹੱਤਵ ਬਹੁਤ ਜ਼ਿਆਦਾ ਹੈ। ਸਾਧ ਸੰਗ ਬਸਤ ਅਗੋਚਰ ਲਹਿ, ਸਾਧ ਸੰਗਤ ਕਰਕੇ ਸਾਧੂ ਮਹਾਤਮਾ ਸੰਗਤ ਨਾਲ, ਅਗੋਚਰ ਵਸਤੂ ਹੈ ਨਾਮ, ਅਗੋਚਰ ਵਸਤੂ ਹੈ ਆਤਮਾ। ਇੱਕ ਵਸਤ ਅਗੋਚਰ ਲਈ ਹੈ, ਨਾਮ ਰੂਪੀ ਵਸਤੂ ਆਤਮਕ ਵਸਤੂ ਮਹਾਤਮਾ ਦੇ ਨਾਲ ਮਿਲ ਜਾਂਦੀ ਹੈ। ਉਹ ਵੀ ਸ਼ਰਧਾ ਚਾਹੁੰਦੇ ਨੇ, ਸਾਰੇ ਭੰਡਾਰੇ ਇੱਥੇ ਵੀ ਭਰੇ ਪਏ ਨੇ, ਕੋਈ ਕਮੀ ਨਹੀਂ। ਹਰੇਕ ਗੱਲ ਜਿਹੜੀ ਮੁੱਕਦੀ ਹੈ ਤਾਂ ਉਹ ਆਪਣੀ ਸ਼ਰਧਾ 'ਤੇ ਹੀ ਮੁੱਕਦੀ ਹੈ। ਜਿੰਨੀ ਆਪਣੀ ਸ਼ਰਧਾ ਦੀ ਪੂੰਜੀ ਹੋਵੇਗੀ ਓਨੀ ਬਖਸ਼ਿਸ਼ ਹੋਵੇਗੀ। ਜੇ ਕਿਸੇ ਦੀ ਸ਼ਰਧਾ ਹੀ ਨਹੀਂ ਹੈ ਤਾਂ ਉਹਨੂੰ ਤਾਂ ਇੱਥੇ ਵੀ ਕੁਛ ਨਹੀਂ ਮਿਲਣਾ ਹੈ। ਇਹ ਤਾਂ ਆਪਾਂ ਨੇ ਦੇਖਣਾ ਕਿ ਆਪਾਂ ਭੰਡਾਰਾ ਕਿੰਨਾ ਕੁ ਲੈਣਾ, ਫਿਰ ਪੂਰੀ ਸ਼ਰਧਾ ਬਣਾ ਕੇ ਆਓ। ਜਿੰਨੀ ਜ਼ਿਆਦਾ ਸ਼ਰਧਾ ਓਨੀ ਜ਼ਿਆਦਾ ਕਿਰਪਾ, ਬਹੁਤੀ ਸ਼ਰਧਾ ਬਣਾਓ ਸੱਚੇ ਪਾਤਸ਼ਾਹ 'ਤੇ, ਬੇਅੰਤ ਸ਼ਰਧਾ। ਸਾਧੂ ਕਹਿ ਸੰਗ ਅਜਰ ਸਹਿ, ਸਾਧੂ ਦੀ ਸੰਗਤ ਕੀਤਿਆਂ ਅਜਰ ਅਵਸਥਾ ਨੂੰ ਸਹਿ ਲਈਦਾ ਹੈ। ਇੱਕ ਜਰਨ ਵਾਲੀ ਚੀਜ਼ ਹੈ, ਇੱਕ ਅਜਰ ਹੈ ਜਿਹੜੀ ਜਰੀ ਨਹੀਂ ਜਾਂਦੀ, ਢਿੱਡ 'ਚ ਗਲਦੀ ਰਹਿੰਦੀ। ਸ਼ਕਤੀ ਆ ਗਈ, ਮਹਾਤਮਾ ਕਹਿੰਦੇ ਦੱਸੀ ਨਾ ਕਿਸੇ ਨੂੰ, ਵਰਤੋਂ ਨਾ ਕਰੀ ਇਹਦੀ, ਪਰ ਫਿਰ ਵੀ ਨਹੀਂ ਟਿਕ ਸਕਿਆ। ਭਾਈ ਮਤੀ ਦਾਸ ਜੀ ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਉਡਾ ਦਿਆਂ, ਦਿੱਲੀ ਅਤੇ ਲਾਹੌਰ ਦੀ ਇੱਟ ਖੜਕਾ ਦਿਆਂ। ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਦਾ ਅੰਗੂਠਾ ਪਕੜਿਆ ਸੱਜੇ ਦਾ, ਸਾਰੀ ਸ਼ਕਤੀ ਖਿੱਚ ਲਈ, ਨਿੰਬੂ ਵਾਂਗੂ ਨਿਚੋੜ ਦਿੱਤਾ। ਮਹਾਰਾਜ ਕਹਿੰਦੇ ਲੈ ਹੁਣ ਦਿਖਾ, ਉਡਾ ਦੇ।
ਕਹਿੰਦਾ ਮਹਾਰਾਜ ਹੁਣ ਤਾਂ ਉੱਠ ਕੇ ਤੁਰਨ ਜੋਗੀ ਵੀ ਸ਼ਕਤੀ ਨਹੀਂ ਰਹੀ। ਮਹਾਰਾਜ ਕਹਿੰਦੇ ਫਿਰ ਸਮੁੰਦਰ ਦੇ ਸਾਹਮਣੇ ਇੱਕ ਨਿੱਕੀ ਜਿਹੀ ਬੂੰਦ ਕਿਉਂ ਰੌਲਾ ਪਾਉਂਦੀ ਹੈ? ਮੇਰੇ ਕੋਲ ਲਿਆ ਸਾਰਾ ਕੁਛ, ਮੈਨੂੰ ਤੂੰ ਕਹੀ ਜਾਂਦਾ ਮੈਂ ਉਡਾ ਦਿਆਂ ਮੈਂ ਕਰਦਿਆਂ, ਮੈਂ ਨਹੀਂ ਕਰ ਸਕਦਾ, ਮੈਨੂੰ ਨਹੀਂ ਦਿਖਦਾ ਹੈ, ਤੂੰ ਮੇਰੀ ਖੇਡ ਨੂੰ ਕਿਉਂ ਖਰਾਬ ਕਰਦਾ? ਅਜਰ ਅਵਸਥਾ ਹੁੰਦੀ ਹੈ ਇੱਕ, ਇੰਨੀ ਅਜਰ ਅਵਸਥਾ ਵੀ ਤੱਤੀ ਤਵੀ 'ਤੇ ਬਹਿ ਕੇ ਵੀ ਨਹੀਂ ਦਿਖਾਇਆ ਕੁਛ। ਪਾਤਸ਼ਾਹ ਨੇ ਤਾਂ ਆਪਾਂ ਨੂੰ ਇੰਨੇ ਪੱਕਾ ਕੀਤਾ ਸਰੀਰ ਕੱਟਿਆ ਜਾਵੇ ਰੋਮ ਰੋਮ, ਬੰਦ ਬੰਦ ਕਟਾਇਆ ਬ੍ਰਹਮ ਗਿਆਨੀ ਨੇ, ਪਰ ਨਹੀਂ ਦਿਖਾਈ ਸ਼ਕਤੀ, ਦਿਖਾਉਣੀ ਨਹੀਂ ਹੈ। ਕਿਉਂਕਿ ਇਹ ਜਿਹੜੀ ਸ਼ਕਤੀ ਆਪਣੀ ਇਹ ਬੜੀ ਅਮੋਲਕ ਹੈ, ਜਿਹੜੀ ਨਾਮ ਨਾਲ ਜਪ ਜਪ ਕੇ ਬਾਣੀ ਪੜ੍ਹ ਪੜ੍ਹ ਕੇ ਸ਼ਕਤੀ ਇਕੱਠੀ ਕਰਦੇ ਹਾਂ, ਇਹ ਬੜੀ ਕੀਮਤੀ ਸ਼ਕਤੀ ਹੈ ਆਪਣੀ, ਅਤੇ ਆਪਾਂ ਇਹਨੂੰ ਐਵੇਂ ਕਾਣੀ ਕੌਡੀ 'ਤੇ ਖਰਚ ਕਰਦੇ ਕੋਈ ਫਾਇਦਾ? ਜਿਵੇਂ ਭਾਈ ਕਿਦਾਰੇ ਨੇ ਕਿਹਾ ਸੀ ਮਹਾਰਾਜ, ਭਾਈ ਗੁਰਦਾਸ ਜੀ ਕਹਿਣ ਲੱਗੇ ਆਹ ਹੰਜੀਰਾਂ ਦਾ ਰੋਗ ਹੈ, ਇਹ ਤੁਸੀਂ ਮਹਾਰਾਜ ਨਾਲ ਬਚਨ ਕਰ ਲਓ। ਭਾਈ ਕਿਦਾਰੇ ਨੇ ਜਿਵੇਂ ਜਵਾਬ ਦਿੱਤਾ ਸੀ, ਕਹਿੰਦਾ ਉਹ ਮੱਛਰ ਜੇ ਲੜਦਾ ਤਾਂ ਫਿਰ ਸ਼ੇਰ ਨੂੰ ਬੁਲਾਈਏ, ਮੱਛਰ ਨੂੰ ਤਾਂ ਆਪਾਂ ਉਹੀ ਮਾਰ ਸਕਦੇ। ਇਸ ਕਰਕੇ ਜਿਹੜੀ ਹੁੰਦੀ ਆਪਣੀ ਅੰਤਰੀਵ ਸ਼ਕਤੀ, ਇਹਦੀ ਵਰਤੋਂ ਆਪਾਂ ਨੇ ਸੰਸਾਰੀ ਕੰਮਾਂ 'ਤੇ ਨਹੀਂ ਕਰਨੀ ਹੈ, ਇਹ ਸ਼ਕਤੀ ਨੂੰ ਸੰਭਾਲ ਕੇ ਰੱਖਣਾ ਹੈ। ਹਾਂ, ਆਪਣੀ ਬੁੱਧੀ ਦੀ ਸਿਆਣਪ ਨਾਲ ਕਰੋ ਜੋ ਕੰਮ ਕਰਨਾ, ਸਰੀਰ ਨਾਲ ਕਰੋ, ਵਿੱਦਿਆ ਨਾਲ ਕਰੋ। ਜਦੋਂ ਸਾਰੇ ਉਪਾਅ ਮੁੱਕ ਜਾਂਦੇ ਤਾਂ ਗੁਰੂ ਅੱਗੇ ਅਰਦਾਸ ਕਰੋ, ਆਗਿਆ ਲੈ ਕੇ ਫਿਰ ਚੱਲੋ। ਮਹਾਰਾਜ ਦੀ ਆਗਿਆ ਤੋਂ ਬਿਨਾਂ ਸ਼ਕਤੀ ਦਿਖਾਈ ਬਾਬਾ ਅਟਲ ਰਾਏ ਜੀ ਨੇ, ਮਹਾਰਾਜ ਕਹਿੰਦੇ ਚੰਗਾ ਜੀ ਤੁਸੀਂ ਤਾਂ ਹੁਣ ਇਉਂ ਕਰੋ, ਚੱਲੋ ਫਿਰ, ਕਿਉਂਕਿ ਨਿਭਣੀ ਨਹੀਂ ਆਪਣੀ ਸ਼ਕਤੀ ਦਿਖਾਈ ਬਾਬਾ ਗੁਰਦਿੱਤਾ ਜੀ ਨੇ, ਗਊ ਜਿਉਂਦੀ ਕਰ ਦਿੱਤੀ। ਮਹਾਰਾਜ ਕਹਿੰਦੇ ਚੰਗਾ ਭਾਈ ਚੱਲੋ ਫਿਰ, ਤਿਆਗ ਦਿਓ ਸਰੀਰ, ਸ਼ਕਤੀ ਨਹੀਂ ਦਿਖਾਉਣੀ। ਹਾਂ, ਬੇਨਤੀ ਕਰੋ, ਜੇ ਤੈਨੂੰ ਭਾਵੇਂ ਸੱਚੇ ਪਾਤਸ਼ਾਹ ਤਾਂ ਕੰਮ ਹੋ ਜਾਵੇ ਫਿਰ ਤਾਂ ਠੀਕ ਹੈ। ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਤੂੰ ਮੈਨੂੰ ਗੁਰੂ ਮੰਨਦਾ, ਇੱਕ ਪਾਸੇ ਤੂੰ ਖੁਦ ਹੀ ਗੁਰੂ ਬਣੀ ਜਾਂਦਾ, ਸ਼ਕਤੀ ਦਿਖਾਈ ਜਾਂਦਾ, ਫਿਰ ਤੂੰ ਬਰਾਬਰਤਾ ਕਰ ਲਈ ਮੇਰੀ। ਜੇ ਇਹਦਾ ਮੇਰੀ ਬਰਾਬਰਤਾ ਕਰਦਾ ਫਿਰ ਉਹ ਰਹਿਣ ਦਾ ਹੱਕਦਾਰ ਨਹੀਂ ਸੰਸਾਰ 'ਚ। ਮਹਾਰਾਜ ਕਹਿੰਦੇ ਮੇਰੀ ਬਰਾਬਰਤਾ ਨਾ ਕਰਿਆ ਕਰੋ, ਹਾਂ ਸਹਿਮਤੀ ਨਾਲ ਚੱਲੋ, ਬਸ ਜਿਹੜਾ ਕੰਮ ਕਰਨਾ ਸਹਿਮਤੀ ਨਾਲ ਕਰਿਆ ਕਰੋ। ਸਾਧਕੈ ਸੰਗ ਬਸੈ ਥਾਨ ਉੱਚੈ, ਸਾਧੂ ਦੀ ਸੰਗਤ ਕਰਦਿਆਂ ਬੰਦਾ ਉੱਚੇ ਸਥਾਨ 'ਤੇ ਕਿੱਥੇ ਦਸਮ ਦੁਆਰ 'ਚ ਵੱਸਦਾ, ਹਮੇਸ਼ਾ ਸੱਚਖੰਡ 'ਚ ਵੱਸ ਜਾਂਦਾ ਹੈ। ਸੱਚਖੰਡ ਦੇ ਵਿੱਚ ਬਿਰਤੀ ਸਮਾਈ ਰਹਿੰਦੀ ਹੈ, ਦਸਮ ਦੁਆਰ ਵਿੱਚ ਚਲੀ ਜਾਂਦੀ ਹੈ, ਉੱਚੀਆਂ ਅਵਸਥਾਵਾਂ ਦਾ ਮਾਲਕ ਹੋ ਜਾਂਦਾ। ਸਾਧੂ ਕਹਿ ਸੰਗ ਮਹਿਲ ਪਹੁੰਚੈ, ਸਾਧੂ ਦੀ ਸੰਗਤ ਕੀਤਿਆਂ ਆਪਣੇ ਹਿਰਦੇ ਰੂਪੀ ਮਹਿਲ ਦੇ ਵਿੱਚ ਚਲਿਆ ਜਾਂਦਾ। ਸਾਧੂ ਦੀ ਸੰਗਤ ਕੀਤਿਆਂ, ਸਤਿਗੁਰੂ ਦੀ ਸੰਗਤ ਕੀਤਿਆਂ ਸੱਚਖੰਡ ਵਿੱਚ ਚਲਿਆ ਜਾਂਦਾ। ਸਾਧ ਕਹਿ ਸੰਗ ਦ੍ਰਿੜੈ ਸਭ ਧਰਮ, ਸਾਧੂ ਦੇ ਨਾਲ ਮਿਲ ਕੇ ਆਪਣੇ ਸਾਰੇ ਧਰਮ ਜਿਹੜੇ ਨੇ, ਕਰਤੱਵ ਨੇ, ਫਰਜ਼ ਨੇ, ਯਾਦ ਆ ਜਾਂਦੇ ਨੇ ਕਿ ਮੈਂ ਆਹ ਕਰਮ ਕਰਨੇ ਨੇ। ਕਿਉਂਕਿ ਦ੍ਰਿੜੈ ਸਭ ਧਰਮ, ਇੱਥੇ ਸਵੈ ਧਰਮ ਦੀ ਤਾਂ ਗੱਲ ਹੈ ਹੀ ਹੈ, ਬਾਕੀ ਸਾਰੇ ਜਿਹੜੇ, ਕਿਉਂਕਿ ਕਈ ਧਰਮ ਨੇ ਨਾ, ਧਰਮ ਗੁਣ ਸੁਭਾਵ ਜਿਵੇਂ ਹੁੰਦੇ ਨੇ। ਹੁਣ ਸ਼ੇਰ ਜਿਹੜਾ ਹੈ, ਸ਼ੇਰ ਦਾ ਧਰਮ ਨਹੀਂ ਕਿ ਉਹ ਘਾਹ ਖਾਵੇ, ਸ਼ੇਰ ਤਾਂ ਮਾਸ ਹੀ ਖਾਵੇਗਾ, ਇਹ ਉਹਦਾ ਧਰਮ ਹੈ। ਇੱਕ ਮਿੱਟੀਆ ਮਾਹ ਮਿੱਟੀ ਖਾਵੇ, ਮਿੱਟੀ ਖਾਣੇ ਕੀੜੇ ਮਾਸ ਨਹੀਂ ਖਾ ਸਕਦੇ, ਉਹਦਾ ਧਰਮ ਹੀ ਮਿੱਟੀ ਖਾਣਾ। ਗੁਰਸਿੱਖ ਦਾ ਧਰਮ ਹੈ, ਫਰਜ਼ ਹੈ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਨਾਮ ਜਪਣਾ, ਦਸਵੰਧ ਕੱਢਣਾ, ਕਿਰਤ ਕਰਨੀ, ਫਿਰ ਫਰਜ਼ ਆ ਜਾਂਦੇ ਨੇ ਯਾਦ। ਭਾਈ ਘਨੱਈਏ ਨੇ ਤਾਂ ਆਪਣਾ ਫਰਜ਼ ਹੀ ਨਿਭਾਇਆ, ਹਰੇਕ ਨੂੰ ਜਲ ਪਿਆਇਆ, ਇਹ ਕਹਿੰਦੇ ਮੇਰਾ ਫਰਜ਼ ਹੈ, ਮਨੁੱਖਤਾ ਦੀ ਸੇਵਾ ਕਰਨੀ ਇਨਸਾਨ ਦਾ ਫਰਜ਼ ਹੈ। ਇਸ ਤਰ੍ਹਾਂ ਸਾਧਕ ਹੈ ਸੰਗ ਦ੍ਰਿੜ ਹੈ ਸਭ ਧਰਮ,
ਸਾਰੇ ਪ੍ਰਕਾਰ ਦੇ ਫਰਜ਼ ਧਰਮ